ਸਤਿ ਸ਼੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਹਿਲਾਂ ਤਾਂ ਮੈਂ ਬਹੁਤ ਬਹੁਤ ਸਵਾਗਤ ਕਰਦਾ। ਅੱਜ ਆਪਾਂ ਉਸ ਖੂਬਸੂਰਤ ਚਿਹਰੇ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੀ ਖੂਬਸੂਰਤੀ ਨਾਲ ਅਤੇ ਪਿਆਰੀ ਜਿਹੀ ਐਕਟਿੰਗ ਨਾਲ ਸਾਰੇ ਯੂਥ ਨੂੰ ਆਪਣਾ ਫੈਨ ਬਣਾ ਲਿਆ ਹੈ। ਜੀ ਹਾਂ ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰੂਪੀ ਗਿੱਲ ਜੀ ਬਾਰੇ। ਇਸ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਜੇ ਤੁਸੀਂ ਆਪਣਾ ਚੈਨਲ ਟੌਪ 10 ਬੈਸਟ ਲਿਸਟ ਐਵਰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ, ਵੀਡੀਓ ਦੇ ਥੱਲੇ ਰੈਡ ਜੇ ਸਬਸਕ੍ਰਾਈਬ ਦੇ ਬਟਨ 'ਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਹੀ ਰਹਿਣਾ। ਚਲੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਝਾਤ ਮਾਰਦੇ ਹਾਂ ਰੂਪੀ ਗਿੱਲ ਦੇ ਜੀਵਨ 'ਤੇ। ਇਹਨਾਂ ਦਾ ਰੀਅਲ ਨੇਮ ਰੁਪਿੰਦਰ ਕੌਰ ਗਿੱਲ ਹੈ ਅਤੇ ਨਿੱਕਨੇਮ ਤੁਸੀਂ ਸਾਰੇ ਜਾਣਦੇ ਹੋ। ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹੁਣ ਰੂਪੀ ਗਿੱਲ ਨਾਮ ਹੀਰੇ ਵਾਂਗੂ ਚਮਕ ਰਿਹਾ ਹੈ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਜਨਮ ਦੀ ਅਤੇ ਪਿਛੋਕੜ ਦੀ। ਰੂਪੀ ਗਿੱਲ ਜੀ ਦਾ ਜਨਮ 28 ਜੁਲਾਈ ਨੂੰ ਕੈਨੇਡਾ ਵਿੱਚ ਹੀ ਹੋਇਆ, ਪਰ ਇਹਨਾਂ ਨੇ ਆਪਣੇ ਬਚਪਨ ਦੇ 5 ਸਾਲ ਦਾਦਾ ਦਾਦੀ ਜੀ ਕੋਲ ਪੰਜਾਬ ਹੀ ਬਿਤਾਏ। ਇਹਨਾਂ ਨੇ ਆਪਣੀ ਸਕੂਲੀ ਅਤੇ ਕਾਲਜੀ ਪੜ੍ਹਾਈ ਕੈਨੇਡਾ ਤੋਂ ਹੀ ਪੂਰੀ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਐਕਟਿੰਗ ਅਤੇ ਮਾਡਲਿੰਗ ਕਰੀਅਰ ਬਾਰੇ। ਰੂਪੀ ਜੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਹਨਾਂ ਨੂੰ ਬਚਪਨ ਤੋਂ ਹੀ ਐਕਟਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਪਰ ਇਹ ਐਕਟਿੰਗ ਵਿੱਚ ਆਪਣਾ ਕਰੀਅਰ ਨਹੀਂ ਸੀ ਬਣਾਉਣਾ ਚਾਹੁੰਦੇ, ਇਹ ਅਫੀਸ਼ੀਅਲੀ ਇੱਕ ਪੁਲਿਸ ਆਫਿਸਰ ਬਣਨਾ ਚਾਹੁੰਦੇ ਸੀ। ਰੂਪੀ ਜੀ ਨੇ ਗੀਤਾਂ ਵਿੱਚ ਮਾਡਲਿੰਗ ਜਸਟ ਇੱਕ ਸ਼ੌਕੀਆ ਤੌਰ 'ਤੇ ਕੀਤੀ ਸੀ। ਇਸ ਤੋਂ ਬਾਅਦ ਰੂਪੀ ਗਿੱਲ ਜੀ ਦੀ ਮੁਲਾਕਾਤ ਨਾਮੀ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨਾਲ ਹੋਈ, ਜਿਸ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲੈ ਆਉਂਦਾ ਅਤੇ ਇਹਨਾਂ ਲਈ ਕਾਮਯਾਬੀ ਦੇ ਸਾਰੇ ਰਸਤੇ ਹੌਲੀ ਹੌਲੀ ਖੁੱਲ੍ਹਦੇ ਗਏ। ਰੂਪੀ ਗਿੱਲ ਅਤੇ ਸੁੱਖ ਸੰਘੇੜਾ ਜੀ ਨੇ ਮਿਲ ਕੇ ਬਹੁਤ ਹੀ ਸੁਪਰਹਿੱਟ ਸੌਂਗ ਕੀਤੇ, ਜਿਵੇਂ ਕਿ ਸਕਰੈਚ ਗੁਰਸੇਵਕ ਢਿੱਲੋਂ ਨਾਲ ਅਤੇ ਡਾਇਮੰਡ ਗੁਰਨਾਮ ਭੁੱਲਰ ਨਾਲ, ਅਤੇ ਹੋਰ ਵੀ ਬਹੁਤ ਹਿੱਟ ਸੌਂਗ ਦਰਸ਼ਕਾਂ ਦੀ ਝੋਲੀ ਵਿੱਚ ਪਾਏ। ਗੁਰਨਾਮ ਭੁੱਲਰ ਦੇ ਸੌਂਗ ਡਾਇਮੰਡ ਨੂੰ ਦਰਸ਼ਕਾਂ ਵੱਲੋਂ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਕਿ ਯੂਟਿਊਬ 'ਤੇ ਗੀਤ ਦੇਖਣ ਵਾਲਿਆਂ ਦੀ ਗਿਣਤੀ 100 ਮਿਲੀਅਨ ਤੋਂ ਜ਼ਿਆਦਾ ਹੋ ਚੁੱਕੀ ਹੈ। ਦੋਸਤੋ ਤੁਹਾਨੂੰ ਇੱਕ ਹੋਰ ਬਹੁਤ ਵੱਡੀ ਗੱਲ ਦੱਸ ਦੇਈ ਕਿ ਹੁਣ ਰੂਪੀ ਗਿੱਲ ਜੀ ਆਪਣੇ ਚੰਦ ਕੁ ਗੀਤਾਂ ਵਿੱਚ ਖੂਬਸੂਰਤ ਮਾਡਲਿੰਗ ਕਰਨ ਤੋਂ ਬਾਅਦ ਹੁਣ ਬਹੁਤ ਜਲਦੀ ਵੱਡਾ ਕਲਾਕਾਰ ਮੂਵੀ ਵਿੱਚ ਆਪਣੀ ਅਦਾਕਾਰੀ ਦੇ ਜ਼ੋਰ ਦਿਖਾਉਣਗੇ। ਹੁਣ ਦੋਸਤੋ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਸ਼ੌਂਕਾਂ ਦੀ, ਤਾਂ ਇਹਨਾਂ ਨੂੰ ਡਾਂਸਿੰਗ ਦਾ ਅਤੇ ਖਾਣ ਪੀਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ, ਅਤੇ ਰੂਪੀ ਗਿੱਲ ਜੀ ਅਕਸਰ ਛੁੱਟੀਆਂ ਵਿੱਚ ਪੰਜਾਬ ਆਉਣਾ ਪਸੰਦ ਕਰਦੇ ਨੇ। ਦੋਸਤੋ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕੈਨੇਡਾ ਵਿੱਚ ਜਨਮ ਹੋਣ ਦੇ ਬਾਵਜੂਦ ਇਹਨਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਆਪਣੀ ਪੰਜਾਬੀ ਮਾਂ ਬੋਲੀ ਨਾਲ ਬਹੁਤ ਜ਼ਿਆਦਾ ਪਿਆਰ। ਦੋਸਤੋ ਅਸੀਂ ਇਹਨਾਂ ਤੋਂ ਇਹੀ ਉਮੀਦ ਕਰਦੇ ਹਾਂ ਕਿ ਇਹ ਪਹਿਲਾਂ ਵਾਂਗ ਹੁਣ ਵੀ ਸਾਡੇ ਸਾਰਿਆਂ ਲਈ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਿਣਗੇ। ਜੇ ਤੁਸੀਂ ਵੀ ਰੂਪੀ ਗਿੱਲ ਜੀ ਦੇ ਫੈਨ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਇਹਨਾਂ ਦਾ ਕਿਹੜਾ ਸੌਂਗ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗਦਾ। ਦੋਸਤੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਆਪਣੇ ਚੈਨਲ ਟੌਪ 10 ਬੈਸਟ ਲਿਸਟ ਐਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਣਾ। ਥੈਂਕਸ ਫੋਰ ਵਾਚਿੰਗ, ਬਾਏ ਬਾਏ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਛ ਨਵਾਂ ਲੈ ਕੇ।